ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਫਿਰ ਇੱਕ ਵਾਰ ਫਿਰ ਇਕੱਠੇ ਹੋਏ ਹਾਂ ਐਚ ਐਸ ਮੈਨਰੋ ਜੀ ਦੇ ਇਸ ਚੈਨਲ ਦੇ ਉੱਪਰ, ਯੂਟਿਊਬ ਚੈਨਲ ਦੇ ਉੱਪਰ। ਅੱਜ ਅਸੀਂ ਗੱਲ ਕਰਾਂਗੇ ਗੇਂਦੇ ਦੇ ਫੁੱਲ ਦੀ। ਗੇਂਦੇ ਦਾ ਫੁੱਲ ਬੜਾ ਅੱਛਾ ਲੱਗਦਾ ਆਪਾਂ ਨੂੰ, ਲੁਭਾਉਂਦਾ ਵੀ ਹੈ, ਲੇਕਿਨ ਇਹਦੇ ਬਹੁਤ ਹੀ ਫਾਇਦੇ ਵੀ ਨੇ, ਜਿਹੜੇ ਆਪਾਂ ਅੱਜ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ। ਡਾਕਟਰ ਸਾਹਿਬ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਅਸੀਂ ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸੋ ਵੀ ਇਹ ਜਿਹੜਾ ਗੇਂਦੇ ਦਾ ਫੁੱਲ ਦੇਖਣ ਨੂੰ ਜਿੰਨਾ ਸੋਹਣਾ, ਕੀ ਵਾਕਈ ਇਹਦੇ ਗੁਣ ਵੀ ਉਹੋ ਜਿਹੇ ਨੇ? ਜੀ ਬਿਲਕੁਲ। ਅਤੇ ਸਭ ਤੋਂ ਪਹਿਲਾਂ ਤਾਂ ਆਪ ਸਭ ਜੀ ਦਾ ਸਵਾਗਤ। ਅਤੇ ਆਪਾਂ ਅੱਜ ਗੇਂਦੇ ਦੇ ਗੁਣਾਂ ਦੇ ਬਾਰੇ ਕੁਝ ਗੱਲ ਕਰਾਂਗੇ। ਸਰ ਜਿਵੇਂ ਕਿ ਪੁੱਛ ਰਹੇ ਨੇ ਵੀ ਗੇਂਦੇ ਦੇ ਜਿਹੜੇ ਗੁਣ ਨੇ ਕੀ ਨੇ, ਸਾਡੇ ਲਈ ਗੇਂਦਾ ਕਿਵੇਂ ਲਾਹੇਵੰਦ ਹੈ ਅਤੇ ਆਪਾਂ ਇਸ ਦਾ ਲਾਹਾ ਕਿਵੇਂ ਲੈ ਸਕਦੇ ਹਾਂ, ਅਤੇ ਮੈਂ ਕੁਝ ਕੁ ਪੁਆਇੰਟ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਪਹਿਲੀ ਗੱਲ ਤਾਂ ਗੇਂਦਾ ਇੱਕ ਫਲਾਵਰ ਹੈ ਸਰ, ਜਿਹੜਾ ਇਹ ਬੜੇ ਆਸਾਨੀ ਨਾਲ ਮਿਲ ਜਾਂਦਾ, ਤਕਰੀਬਨ ਹਰੇਕ ਘਰ ਦੇ ਵਿੱਚ ਇਹ ਪਾਇਆ ਜਾਂਦਾ। ਇਹਨੂੰ ਇਹਦਾ ਪਾਲਣ ਪੋਸ਼ਣ ਬੜਾ ਆਸਾਨ ਤਰੀਕੇ ਨਾਲ ਹੋ ਜਾਂਦਾ, ਅਤੇ ਫਲਾਵਰ ਹੈ ਜਿਹੜਾ ਉਹ ਵੀ ਬਹੁਤ ਪਿਆਰਾ ਲੱਗਦਾ। ਅਤੇ ਹੁਣ ਇਹਦੇ ਜਿਹੜੇ ਗੁਣਾਂ ਦੀ ਗੱਲ ਕਰਦੇ ਹਾਂ ਆਪਾਂ, ਗੇਂਦਾ ਐਂਟੀ ਬੈਕਟੀਰੀਅਲ, ਐਂਟੀ ਫੰਗਲ ਅਤੇ ਇੱਕ ਐਂਟੀਬੋਟਿਕ ਹੈ, ਬਹੁਤ ਵਧੀਆ। ਅੱਛਾ, ਅਗਰ ਇਨ ਕੇਸ ਕਿਸੇ ਵਿਅਕਤੀ ਨੂੰ ਐਂਟੀ ਬੈਕਟੀਰੀਅਲ, ਐਂਟੀ ਫੰਗਲ ਜਾਂ ਹੋਰ ਕੋਈ ਡਿਸੀਜ਼ ਹੈ, ਕੋਈ ਗਲੇ ਦੀ ਪ੍ਰੋਬਲਮ ਹੈ ਜਾਂ ਕੋਈ ਇਨਫੈਕਸ਼ਨ ਹੈ, ਤਾਂ ਇਸਦਾ ਸੇਵਨ ਕਰਕੇ ਇਹਨੂੰ ਕੱਚਾ ਖਾ ਕੇ ਉਹ ਆਪਣੀ ਗਲੇ ਦੀ ਜਿਹੜੀ ਇਨਫੈਕਸ਼ਨ ਹੈ ਉਸਨੂੰ ਦੂਰ ਕਰ ਸਕਦਾ। ਹਾਂਜੀ, ਅਤੇ ਜੇ ਕਿਸੇ ਦੇ ਕੋਈ ਸੱਟ ਲੱਗ ਜਾਵੇ, ਜ਼ਖਮ ਹੈ, ਉੱਤੇ ਆਪਾਂ ਇਸਦੇ ਪੱਤੇ ਰਗੜ ਕੇ ਲਗਾ ਸਕਦੇ ਹਾਂ, ਉਹਦੇ ਨਾਲ ਜਿਹੜਾ ਜ਼ਖਮ ਹੈ ਬੜੀ ਜਲਦੀ ਕਵਰ ਹੋ ਜਾਵੇ। ਜਾਂ ਇੱਕ ਤੁਸੀਂ ਦੇਖਿਆ ਹੋਣਾ, ਆਮ ਧਾਰਮਿਕ ਮਹੱਤਤਾ ਦੀ ਆਪਾਂ ਗੱਲ ਕਰਦੇ ਹਾਂ ਕਿ ਗੇਂਦਾ ਗਲੇ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ, ਮੰਤਰੀ ਦੇ ਜਾਂ ਹੋਰ ਗਲਿਆਂ ਦੇ ਵਿੱਚ ਹਾਰ ਪਾਏ ਜਾਂਦੇ ਹਾਰ ਦੇ ਤੌਰ, ਉਹ ਇਸ ਕਰਕੇ ਕਿਉਂਕਿ ਇਹ ਐਂਟੀ ਬੈਕਟੀਰੀਅਲ ਹੈ, ਐਂਟੀ ਫੰਗਲ ਹੈ, ਉਹ ਜਿਹੜਾ ਹਵਾ ਦੇ ਵਿੱਚ ਵਾਇਰਸ ਹੈ, ਬੈਡ ਬੈਕਟੀਰੀਆ, ਇਹ ਇਸਦੀ ਗੁਣਤਾ ਇੰਨੀ ਜ਼ਿਆਦਾ ਹੈ, ਇਹ ਆਪਣੇ ਵੱਲ ਉਸਨੂੰ ਜਲੰਦਾ ਕਰਦਾ। ਅਤੇ ਜਿਹੜਾ ਸਬਜੈਕਟ ਹੈ ਆਪਣਾ, ਮੰਨ ਲਓ ਕਿਸੇ ਦੇ ਗਲੇ 'ਚ ਪਾਇਆ, ਉਸਨੂੰ ਬੈਕਟੀਰੀਆ ਜਾਂ ਵਾਇਰਸ ਦੀ ਸਮੱਸਿਆ ਨਹੀਂ ਆਏਗੀ, ਇਹ ਆਪਣੇ ਉੱਪਰ ਉਸ ਸਮੱਸਿਆ ਨੂੰ ਲੈ ਲੈਂਦਾ। ਅਤੇ ਇਹ ਸਭ ਤੋਂ ਵਧੀਆ ਗੱਲ ਤਾਂ ਹੈਗੀ ਹੈ ਵੀ ਅਸੀਂ ਦੇਖ ਰੇਖ ਜ਼ਿਆਦਾ ਔਖੀ ਨਹੀਂ ਹੈਗੀ, ਆਪਣੇ ਘਰਾਂ ਵਿੱਚ ਆਪਾਂ ਲਗਾ ਸਕਦੇ ਹਾਂ, ਅਤੇ ਮੈਡੀਸਨਲ ਦੇ ਤੌਰ 'ਤੇ ਆਪਾਂ ਇਸਨੂੰ ਲੈ ਸਕਦੇ ਹਾਂ। ਇਸਦੇ ਬਹੁਤ ਲਾਹੇ ਨੇ, ਅਤੇ ਇਸਦਾ ਲਾਹਾ ਲਓ, ਇਸਨੂੰ ਘਰਾਂ ਦੇ ਵਿੱਚ ਲਗਾਓ, ਵੱਧ ਤੋਂ ਵੱਧ ਇਸ ਕਰੋ। ਅਤੇ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਡੇ ਨਾਲ ਇੰਨੀ ਡੂੰਘੀ ਅਤੇ ਵਧੀਆ ਜਾਣਕਾਰੀ ਸ਼ੇਅਰ ਕਰਨ ਲਈ। ਤਾਂ ਦੋਸਤੋ, ਅੱਜ ਇਹ ਡਾਕਟਰ ਸਾਹਿਬ ਤੋਂ ਆਪਾਂ ਨੇ ਪੁੱਛਿਆ ਵੀ ਇਹਦੇ ਫਾਇਦੇ ਕੀ ਨੇ। ਇਹ ਬਹੁਤ ਹੀ ਗੁਣਕਾਰੀ ਪੌਦਾ ਹੈ ਜਿਹੜਾ ਕਿ ਆਪਾਂ ਨੂੰ ਖੁਦ ਇਹ ਘਰਾਂ ਦੇ ਵਿੱਚ ਲਾਉਣਾ ਚਾਹੀਦਾ ਹੈ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਗਲ 'ਚ ਹਾਰ ਪਾਉਣ ਦਾ ਅਕਸਰ ਆਪਣੇ ਰਿਵਾਜ਼ ਹੁੰਦਾ ਹੈ ਵੀ ਆਪਾਂ ਗਲ 'ਚ ਗੇਂਦੇ ਦੇ ਫੁੱਲ ਦਾ ਹਾਰ ਪਾਉਂਦੇ ਹਾਂ, ਲੇਕਿਨ ਉਸਦਾ ਅੱਜ ਇਹ ਵਿਗਿਆਨਿਕ ਮਹੱਤਵ ਡਾਕਟਰ ਸਾਹਿਬ ਨੇ ਬੜਾ ਖੋਲ੍ਹ ਕੇ ਦੱਸਿਆ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਥੈਂਕ ਯੂ।